ਸਤ ਸ੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਕੱਲ ਯਾਨੀ ਕਿ 14 ਤਰੀਕ ਨੂੰ 6ਵੀਂ ਜਮਾਤ ਵਾਲਿਆਂ ਦਾ ਜਿਹੜਾ ਪੇਪਰ ਹੈ ਉਹ ਹੈ ਸਿਹਤ ਅਤੇ ਸਰੀਰ ਸਿੱਖਿਆ ਦਾ ਸੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਿਹਤ ਅਤੇ ਸਰੀਰ ਸਿੱਖਿਆ ਦਾ ਸੈਂਪਲ ਪੇਪਰ ਜਾਂ ਜਿਹਨੂੰ ਮਾਡਲ ਟੈਸਟ ਪੇਪਰ ਵੀ ਕਹਿ ਦਿੰਦੇ ਹਾਂ ਤੇ ਨਾਲ ਹੀ ਪੂਰੀ ਤਰ੍ਹਾਂ ਹੱਲ ਕੀਤਾ ਹੋਇਆ ਹੈ ਤੁਹਾਡੀ ਸਹੂਲਤ ਦੇ ਲਈ ਠੀਕ ਹੈ ਜੀ ਸੋ ਦੋਸਤੋ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਾ ਦਿਓ ਸੋ ਦੋਸਤੋ ਇਸ ਤੋਂ ਇਲਾਵਾ ਇਹ ਜਾਣਕਾਰੀ ਅਸੀਂ ਉਹਨਾਂ ਵਿਦਿਆਰਥੀਆਂ ਨੂੰ ਦੇਣਾ ਚਾਹੁੰਦੇ ਹਾਂ ਜਿਹੜੇ ਪਹਿਲੀ ਵਾਰੀ ਸਾਡੀ ਵੀਡੀਓ ਨੂੰ ਦੇਖ ਰਹੇ ਹਨ ਸਾਡਾ ਟੈਲੀਗ੍ਰam ਚੈਨਲ ਵੀ ਬਣਿਆ ਹੋਇਆ ਹੈ ਉਹਨੂੰ ਤੁਸੀਂ ਜੁਆਇਨ ਕਰਨ ਲਈ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੈ ਲਿੰਕ ਤੇ ਕਲਿੱਕ ਕਰਕੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ ਤੇ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਉੱਥੇ ਸਾਡਾ ਡਿਸਕਸ਼ਨ ਗਰੁੱਪ ਵੀ ਬਣਿਆ ਹੋਇਆ ਹੈ ਠੀਕ ਹੈ ਜੀ ਸੋ ਦੋਸਤੋ ਸ਼ੁਰੂ ਕਰਦੇ ਹਾਂ ਮਾਡਲ ਪ੍ਰਸ਼ਨ ਪੱਤਰ 6ਵੀਂ ਜਮਾਤ ਵਿਸ਼ਾ ਸਿਹਤ ਅਤੇ ਸਰੀਰਿਕ ਸਿੱਖਿਆ ਸਮਾਂ ਹੈ 2 ਘੰਟੇ ਦਾ ਤੇ ਕੁੱਲ ਨੰਬਰ ਨੇ 40 ਸਭ ਤੋਂ ਪਹਿਲਾ ਭਾਗ ਊੜਾ ਪਾਗੂੜਾ ਦੇ ਵਿੱਚ ਤੁਹਾਨੂੰ 15 ਪ੍ਰਸ਼ਨ ਆਉਣਗੇ ਹਰ ਇੱਕ ਦਾ ਇੱਕ ਨੰਬਰ ਹੋਵੇਗਾ ਸੋ ਸ਼ੁਰੂ ਕਰਦੇ ਹਾਂ ਪ੍ਰਸ਼ਨ ਨੰਬਰ 1 ਸਿਹਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਉੱਤਰ ਸਿਹਤ ਚਾਰ ਪ੍ਰਕਾਰ ਦੀ ਹੁੰਦੀ ਹੈ ਨੰਬਰ 2 ਨਿੱਜੀ ਸਫਾਈ ਦੇ ਨਾਲ ਨਾਲ ਹੋਰ ਕਿਸ ਦੀ ਸਫਾਈ ਜ਼ਰੂਰੀ ਹੈ ਉੱਤਰ ਘਰ ਤੇ ਇਸ ਦੇ ਆਲੇ ਦੁਆਲੇ ਦੀ ਨੰਬਰ 3 ਕਿਸੇ ਦੇਸ਼ ਦਾ ਕੌਮੀ ਝੰਡਾ ਕਿਸ ਗੱਲ ਦਾ ਪ੍ਰਤੀਕ ਹੈ ਉੱਤਰ ਸਭਿਆਚਾਰ ਅਤੇ ਸਭਿਅਤਾ ਦਾ ਅੱਗੇ ਹੈ ਨੰਬਰ 4 ਉਗਣ ਦੇ ਕਿੰਨੇ ਤਰੀਕੇ ਹੁੰਦੇ ਹਨ ਉਤਰ ਪੁੱਗਣ ਦੇ ਤਿੰਨ ਤਰੀਕੇ ਹੁੰਦੇ ਹਨ ਅੱਗੇ ਹੈ ਨੰਬਰ 5 26 ਜਨਵਰੀ ਨੂੰ ਰਾਜ ਪੱਦਰ ਤੇ ਡੈਸ਼ ਝੰਡਾ ਲਹਿਰਾਉਂਦਾ ਹੈ ਇਹਦਾ ਉਤਰ ਹੈ ਰਾਸ਼ਟਰਪਤੀ ਸੋ ਬੱਚਿਓ ਇੱਥੇ ਇਹ ਵੀ ਪ੍ਰਸ਼ਨ ਆ ਸਕਦਾ ਹੈ 15 ਅਗਸਤ ਨੂੰ ਕੌਣ ਝੰਡਾ ਲਹਿਰਾਉਂਦਾ ਹੈ ਤੇ ਇੱਥੇ ਆਏਗਾ ਪ੍ਰਧਾਨ ਮੰਤਰੀ ਠੀਕ ਹੈ ਇਹ ਯਾਦ ਰੱਖਣਾ ਇਹ ਦੂਨੀ ਇੰਪੋਰਟੈਂਟ ਕੁਐਸਚਨ ਹੈ ਇਦਾਂ ਆ ਜਾਂਦੇ ਹੁੰਦੇ ਨੇ ਕਈ ਵਾਰੀ ਸੋ ਅੱਗੇ ਹੈ ਨੰਬਰ 6 ਰਾਸ਼ਟਰੀ ਚੰਡੇ ਵਿੱਚ ਚੱਕਰ ਦਾ ਨਿਸ਼ਾਨ ਕਿੱਥੋਂ ਲਿਆ ਗਿਆ ਹੈ ਉੱਤਰ ਅਸ਼ੋਕ ਦੇ ਸਾਰਨਾਥ ਸਤੰਭ ਤੋਂ ਅਗਿਆ ਪ੍ਰਸ਼ਨ ਨੰਬਰ 7 ਧਰਾਂ ਦੇ ਕੂੜੇ ਕਰਕਟ ਨੂੰ ਕਿਵੇਂ ਟਿਕਾਣੇ ਲਾਉਣਾ ਚਾਹੀਦਾ ਹੈ ਉੱਤਰ ਟੋਏ ਵਿੱਚ ਦੱਬ ਕੇ ਅਗਿਆ ਪ੍ਰਸ਼ਨ ਨੰਬਰ 8 ਜਿਹੜੀ ਸਿੱਖਿਆ ਸਾਨੂੰ ਦੁਰਘਟਨਾਵਾਂ ਤੋਂ ਬਚਾਉਣਾ ਸਿਖਾਉਂਦੀ ਹੈ ਉਸ ਨੂੰ ਕੀ ਕਹਿੰਦੇ ਹਨ ਉੱਤਰ ਸੁਰੱਖਿਆ ਸਿੱਖਿਆ ਨੰਬਰ 9 ਸਕੂਲ ਦੇ ਵਿਹੜੇ ਵਿੱਚ ਕਾਗਜ਼ ਆਦ ਦੇ ਟੁਕੜੇ ਨਹੀਂ ਸੁੱਟਨੇ ਚਾਹੀਦੇ ਹਨ ਸਹੀ ਜਾਂ ਗਲਤ ਇਹ ਸਹੀ ਹੈ ਅਗਿਆ ਪ੍ਰਸ਼ਨ ਨੰਬਰ 10 ਪੈਰਾਂ ਦੀ ਸਫਾਈ ਵੱਲ ਧਿਆਨ ਦੇਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਸਰੀਰ ਦੇ ਹੋਰ ਅੰਗਾਂ ਵੱਲ ਸਹੀ ਜਾਂ ਗਲਤ ਉੱਤਰ ਗਲਤ ਇੱਥੇ ਗਲਤ ਲਿਖਿਆ ਹੈ ਤੇ ਸਹੀ ਹਣਾ ਮੈਂ ਠੀਕ ਕਰ ਦਿੰਦਾ ਇਕ ਜੀ ਸੋ ਪ੍ਰਸ਼ਨ ਮੈਂ ਪੜ ਦਵਾਂ ਹਾਂ ਪ੍ਰਸ਼ਨ ਨੰਬਰ 10 ਪੈਰਾਂ ਦੀ ਸਫਾਈ ਵੱਲ ਧਿਆਨ ਦੇਣਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਸਰੀਰ ਦੇ ਹੋਰ ਅੰਗਾਂ ਵੱਲ ਸਹੀ ਜਾਂ ਗਲਤ ਉੱਤਰ ਸਹੀ ਨੰਬਰ 11 ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ ਨੂੰ ਕਿਹਾ ਜਾਂਦਾ ਹੈ ਸਹੀ ਜਾਂ ਗਲਤ ਉੱਤਰ ਸਹੀ ਪ੍ਰਸ਼ਨ ਨੰਬਰ 12 ਕਿਕਲੀ ਨੂੰ ਲੋਕ ਖੇਡ ਕਿਹਾ ਜਾਂਦਾ ਹੈ ਸਹੀ ਜਾਂ ਗਲਤ ਉੱਤਰ ਸਹੀ ਅਗ ਹੈ ਪ੍ਰਸ਼ਨ ਨੰਬਰ 13 ਧਿਆਨ ਚੰਦ ਜੀ ਨੇ ਹਾਕੀ ਕਿੱਥੇ ਖੇਲਣਾ ਸ਼ੁਰੂ ਕੀਤਾ ਕਿੱਥੇ ਖੇਡਣਾ ਸ਼ੁਰੂ ਕੀਤਾ ਜਾਂ ਖੇਲਣਾ ਸ਼ੁਰੂ ਕੀਤਾ ਸੋ ਥੱਲੇ অপਸ਼ਨਾਂ ਨੇ ਚਾਰ ਇਹਦਾ ਉੱਤਰ ਹੈ ਐਡਾ ਫੌਜ ਦੇ ਵਿੱਚ ਅੱਗੇ ਹੈ ਪ੍ਰਸ਼ਨ ਨੰਬਰ 14 ਲੋਕ ਖੇਡਾਂ ਦੀ ਮਹੱਤਤਾ ਲਿਖੋ ਇਹਦਾ ਉੱਤਰ ਹੈ ਸੱਸਾ ਉਪਰਤਕ ਸਾਰੇ ਹੁਣ ਮੈਂ ਸਾਰੀਆਂ অপਸ਼ਨਾਂ ਪੜ੍ਹਦਾ ਹਾਂ ਊੜਾ ਸਰੀਰਿਕ ਬਲਵਾਦਦਾ ਹੈ ਐਡਾ ਫੁਰਤੀ ਵੀ ਈੜੀ ਦਿਮਾਗੀ ਚੁਸਤੀ ਆਉਂਦੀ ਹੈ ਠੀਕ ਹੈ ਜੀ ਸੋ ਅੱਗੇ ਹੈ ਪ੍ਰਸ਼ਨ ਨੰਬਰ 15 ਸਾਡੇ ਕੌਮੀ ਝੰਡੇ ਵਿੱਚ ਕਿਹੜੇ-ਕਿਹੜੇ ਤਿੰਨ ਰੰਗ ਹਨ ਸੋ ਇਹਦਾ ਉੱਤਰ ਉਪਰੋਤਕ ਸਾਰੇ ਸੌਖਾ ਹੀ ਆਪ ਸਭ ਨੂੰ ਪਤਾ ਹੀ ਹੈ ਕੇਸਰੀ ਸਫੈਦ ਤੇ ਹਰਾ ਸੋ ਅੱਗੇ ਵਧਦੇ ਹਾਂ ਅੱਗੇ ਹੈ ਭਾਗ ਅਡਾ ਸੋ ਸਾਰੇ ਪ੍ਰਸ਼ਨ ਕਰਨੇ ਹਨ ਪ੍ਰਸ਼ਨ ਨੰਬਰ 16 ਘਰ ਵਿੱਚ ਸੱਟਾਂ ਤੋਂ ਬਚਾ ਦੇ ਕੀ ਕੀ ਤਰੀਕੇ ਹਨ ਉੱਤਰ ਘਰ ਵਿੱਚ ਬਚਾ ਦੇ ਤਰੀਕੇ ਘਰਾਂ ਵਿੱਚ ਦੁਰਘਟਨਾਵਾਂ ਤੋਂ ਬਚਾਓ ਦੇ ਮੁੱਖ ਤਰੀਕੇ ਹੇਠਾਂ ਲਿਖੇ ਹਨ ਨੰਬਰ 1 ਘਰ ਵਿੱਚ ਰੋਸ਼ਨੀ ਦਾ ਠੀਕ ਪ੍ਰਬੰਧ ਕਰਨਾ ਚਾਹੀਦਾ ਹੈ ਨੰਬਰ 2 ਰਸੋਈ ਵਿੱਚ ਧੂਏ ਦੇ ਨਿਕਾਸ ਦਾ ਵੀ ਉਚਿਤ ਪ੍ਰਬੰਧ ਕਰਨਾ ਚਾਹੀਦਾ ਹੈ ਨੰਬਰ 3 ਘਰ ਵਿੱਚ ਬਿਜਲੀ ਦੀ ਤਾਰਾਂ ਨੰਗੀਆਂ ਨਹੀਂ ਰੱਖਣੀਆਂ ਚਾਹੀਦੀਆਂ ਨੰਬਰ 4 ਕਮਰਿਆਂ ਦੇ ਫਰਸ਼ ਦੀ ਖੂਬ ਚੰਗੀ ਤਰ੍ਹਾਂ ਸਫਾਈ ਰੱਖਣੀ ਚਾਹੀਦੀ ਹੈ ਨੰਬਰ 5 ਗੁਸਲਖਾਨੇ ਦੇ ਫਰਸ਼ ਤੇ ਕਾਈ ਨਹੀਂ ਜੰਮਣ ਦੇਣੀ ਚਾਹੀਦੀ ਠੀਕ ਹੈ ਜੀ ਸੋ ਅਗਲਾ ਪ੍ਰਸ਼ਨ ਨੰਬਰ 17 ਕਿਕਲੀ ਦੀ ਮਹੱਤਾ ਲਿਖੋ ਉੱਤਰ ਕਿਕਲੀ ਪੰਜਾਬ ਦੀਆਂ ਕੁੜੀਆਂ ਦੀ ਬਹੁਤ ਹੀ ਹਰਮਨ ਪਿਆਰੀ ਖੇਡ ਹੈ ਕਿਕਲੀ ਖੇਡ ਅਤੇ ਗਿੱdde ਦਾ ਸਮੇਲ ਹੈ ਇਸ ਖੇਡ ਨੂੰ ਕੁੜੀਆਂ ਚਾਹ ਨਾਲ ਖੇਡਦੀਆਂ ਹਨ ਇਸ ਖੇਡ ਵਿੱਚ ਕੁੜੀਆਂ ਇੱਕ ਥਾਂ ਤੇ ਇਕੱਠੀਆਂ ਹੋ ਕੇ ਆਪਸ ਵਿੱਚ ਜੋਟੇ ਬਣਾ ਕੇ ਇੱਕ ਦੂਜੇ ਦੇ ਹੱਥਾਂ ਵਿੱਚ ਕੰਗੀਆਂ ਪਾ ਕੇ ਘੁੰਮਦੀਆਂ ਹਨ ਉਹਨਾਂ ਨੇ ਇੱਕ ਦੂਜੇ ਦਾ ਹੱਥ ਖੱਬੇ ਹੱਥ ਹੱਥ ਨਾਲ ਸੱਜੇ ਹੱਥ ਫੜਿਆ ਹੁੰਦਾ ਹੈ ਇਸ ਤਰ੍ਹਾਂ ਇਹ ਖੇਡ ਖੇਡੀ ਜਾਂਦੀ ਹੈ ਅਗਿਆ ਪ੍ਰਸ਼ਨ ਨੰਬਰ 18 ਧਿਆਨ ਚੰਦ ਦਾ ਬੁੱਤ ਕਿਹੜੇ ਦੇਸ਼ ਵਿੱਚ ਲੱਗਿਆ ਹੋਇਆ ਹੈ ਉੱਤਰ ਮੇਜਰ ਧਿਆਨ ਚਾਣਦਾ ਬੁੱਤ ਆਸਟਰੀਆ ਦੇ ਸ਼ਹਿਰ ਬਿਆਨਾ ਵਿੱਚ ਲੱਗਿਆ ਹੋਇਆ ਹੈ ਇਸ ਬੁੱਤ ਦੇ ਚਾਰ ਹੱਥ ਬਣਾਏ ਗਏ ਹਨ ਤੇ ਚਾਰ ਹੱਥਾਂ ਵਿੱਚ ਚਾਰ ਹਕਕੀਆਂ ਫੜੀਆਂ ਹੋਈਆਂ ਹਨ ਇਹ ਬੁੱਤ ਉਸ ਦੀ ਅਨੋਖੀ ਖੇਡ ਦਾ ਪ੍ਰਤੀਕ ਹੈ ਅਗਿਆ ਨੰਬਰ 19 ਬੱਚਿਆਂ ਨੂੰ ਕਿਸ ਤਰ੍ਹਾਂ ਦਾ ਭੋਜਨ ਖਾਣਾ ਚਾਹੀਦਾ ਹੈ ਉੱਤਰ ਨੰਬਰ 1 ਬੱਚਿਆਂ ਨੂੰ ਸੰਤੁਲਿਤ ਭੋਜਨ ਅਤੇ ਸਾਫ਼ ਸੁਥਰਾ ਭੋਜਨ ਖਾਣਾ ਚਾਹੀਦਾ ਹੈ ਇਸ ਵਿੱਚ ਪ੍ਰੋਟੀਨ ਕਾਰਬੋਹਾਈਡਰੇਟਸ ਚਿਕਨਾਈ ਖਣਿਜ ਲੋਣ ਵਿਟਾਮਿਨ ਅਤੇ ਪਾਣੀ ਵਰਗੇ ਸਾਰੇ ਤੱਤ ਹੋਣੇ ਚਾਹੀਦੇ ਹਨ ਅਗਿਆ ਨੰਬਰ 2 ਖਾਣਾ ਖਾਣ ਤੋਂ ਪਹਿਲਾਂ ਹੱਥ ਤੇ ਮੂੰਹ ਸਾਬਣ ਨਾਲ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ ਨੰਬਰ 3 ਜ਼ਰੂਰਤ ਤੋਂ ਜ਼ਿਆਦਾ ਗਰਮ ਜਾਂ ਠੰਡਾ ਭੋਜਨ ਨਹੀਂ ਖਾਣਾ ਕਰਨਾ ਚਾਹੀਦਾ ਨੰਬਰ 4 ਕੰਪਿਊਟਰ ਜਾਂ ਟੀਵੀ ਦੇਖਦੇ ਹੋਏ ਖਾਣਾ ਨਹੀਂ ਖਾਣਾ ਚਾਹੀਦਾ ਨੰਬਰ 5 ਖਾਣਾ ਸਿੱਧੇ ਬੈਠ ਕੇ ਖਾਣਾ ਚਾਹੀਦਾ ਹੈ ਅਤੇ ਲੇਟ ਕੇ ਨਹੀਂ ਖਾਣਾ ਚਾਹੀਦਾ ਤੋ ਅਗਿਆ ਪ੍ਰਸ਼ਨ ਨੰਬਰ V ਘਰ ਦੀ ਸਫਾਈ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ ਉੱਤਰ ਘਰ ਦੀ ਸਫਾਈ ਸਾਨੂੰ ਆਪਣੇ ਘਰ ਨੂੰ ਸਾਫ਼ ਰੱਖਣ ਲਈ ਹੇਠ ਦਿੱਤੇ ਟੰਗ ਬਣਾਉਣੇ ਚਾਹੀਦੇ ਹਨ ਨੰਬਰ 1 ਫਲਾ ਸਬਜ਼ੀਆਂ ਤੇ ਛਿਲਕੇ ਅਤੇ ਹੋਰ ਕੂੜਾ ਕਰਕਟ ਟੱਕਣਦਾਰ ਢੋਲ ਵਿੱਚ ਸੁੱਟਣਾ ਚਾਹੀਦਾ ਹੈ ਇਸ ਢੋਲ ਨੂੰ ਹਰ ਰੋਜ਼ ਖਾਲੀ ਕਰਨ ਦੀ ਉਚਿਤ ਵਿਵਸਥਾ ਹੋਣੀ ਚਾਹੀਦੀ ਹੈ ਢੋਲ ਦਾ ਸਾਰਾ ਕੂੜਾ ਕਰਕਟ ਕਿਸੇ ਟੋਏ ਵਿੱਚ ਦੱਬ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਨਾਲ ਇਹ ਖਾਦ ਬਣ ਜਾਂਦੀ ਹੈ ਨੰਬਰ 2 ਕਰਦੀ ਰਸੋਈ ਇਸ਼ਨਾਨ ਘਰ ਅਤੇ ਪਖਾਨੇ ਦੇ ਪਾਣੀ ਦੇ ਨਿਕਾਸ ਦਾ ਉਚਿਤ ਪ੍ਰਬੰਧ ਕਰਨਾ ਚਾਹੀਦਾ ਹੈ ਨੰਬਰ 3 ਪਸ਼ੂਆਂ ਦੇ ਗੋਹੇ ਅਤੇ ਮਲਮੂਤਰ ਨੂੰ ਬਾਹਰ ਦੂਰ ਕਿਸੇ ਟੋਏ ਵਿੱਚ ਇਕੱਠੇ ਕਰਦੇ ਰਹਿਣਾ ਚਾਹੀਦਾ ਹੈ ਇਸ ਤਰ੍ਹਾਂ ਕੁਝ ਚਿਰ ਪਿਛੋਂ ਇਹ ਚੰਗੀ ਖਾਦ ਬਣ ਜਾਵੇਗੀ ਨੰਬਰ 4 ਕਰਦੇ ਸਾਰੇ ਜੀਵਾਂ ਨੂੰ ਸਫਾਈ ਦੇ ਨੀਮਾਂ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ ਸੋ ਅਗਿਆਂ ਦੇ ਭਾਗ ਈ ਦੇ ਸਾਰੇ ਸਾਡੇ ਵੱਡੇ ਪ੍ਰਸ਼ਨ ਹਨ ਠੀਕ ਹੈ ਜੀ ਸੋ ਪ੍ਰਸ਼ਨ ਨੰਬਰ 21 ਕੈਂਸਰ ਕਿਹੜੇ ਕਿਹੜੇ ਨਸ਼ਿਆਂ ਤੋਂ ਹੁੰਦਾ ਹੈ ਉੱਤਰ ਤੰਬਾਕੂ ਦੇ ਸਿਹਤ ਉੱਤੇ ਪ੍ਰਭਾਵ ਸਾਡੇ ਦੇਸ਼ ਵਿੱਚ ਤੰਬਾਕੂ ਖਾਣਾ ਤੰਬਾਕੂ ਪੀਣਾ ਅਤੇ ਖਾਣਾ ਇੱਕ ਬੁਰੀ ਆਦਤ ਹੈ ਤੰਬਾਕੂ ਪੀਣ ਦੇ ਅਲੱਗ-ਅਲੱਗ ਢੰਗ ਹਨ ਜਿਵੇਂ ਬੀੜੀ ਸਿਗਰਟ ਪੀਣਾ ਸਿਰ ਪੀਣਾ ਹੁੱਕਾ ਪੀਣਾ ਚਿਲਮ ਪੀਣੀ ਆਦ ਇਸ ਤਰ੍ਹਾਂ ਦੇ ਢੰਗ ਵੀ ਅਲੱਗ-ਅਲੱਗ ਹਨ ਇਸ ਇਸ ਤੇ ਇਸ ਤਰ ਇਸ ਦੇ ਇਸ ਤਰ੍ਹਾਂ ਦੇ ਢੰਗ ਵੀ ਅਲੱਗ-ਅਲੱਗ ਹਨ ਜਿਵੇਂ ਤੰਬਾਕੂ ਚੂਨੇ ਵਿੱਚ ਮਿਲਾ ਕੇ ਸਿੱਧਾ ਮੂੰਹ ਵਿੱਚ ਰੱਖ ਕੇ ਖਾਣਾ ਜਾਂ ਗਲੇ ਵਿੱਚ ਰੱਖ ਕੇ ਖਾਣਾ ਆਦਿ ਤੰਬਾਕੂ ਵਿੱਚ ਖਤਰਨਾਕ ਜ਼ਹਿਰ ਨਿਕੋਟਿਨ ਹੁੰਦਾ ਹੈ ਇਸ ਤੋਂ ਇਲਾਵਾ ਕਾਰਬਨ ਡਾਈਆਕਸਾਈਡ ਸੀ ਹੁੰਦੀ ਹੈ ਨਿਕੋਟਨ ਦਾ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਚੱਕਰ ਆਉਣ ਲੱਗਦੇ ਹਨ ਨੰਬਰ 1 ਤੰਬਾਕੂ ਦੇ ਨੁਕਸਾਨ ਇਸ ਤਰ੍ਹਾਂ ਹਨ ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਨੰਬਰ 2 ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਦਿਲ ਦਾ ਰੋਗ ਲੱਗ ਜਾਂਦਾ ਹੈ ਜੋ ਕਿ ਮੌਤਾ ਕਾਰਨ ਵੀ ਬਣ ਜਾਂਦਾ ਹੈ ਨੰਬਰ 3 ਖੋਜ ਨੂੰ ਪਤਾ ਲੱਗਦਾ ਹੈ ਕਿ ਤੰਬਾਕੂ ਪੀਣ ਜਾਂ ਖਾਣ ਨਾਲ ਖੂਨ ਦੀਆਂ ਨਾੜੀਆਂ ਸੰਗੜ ਜਾਂਦੀਆਂ ਹਨ ਨੰਬਰ 4 ਤੰਬਾਕੂ ਸਰੀਰ ਅਤੇ ਤੰਤੂਆਂ ਨੂੰ ਸੁੰਨ ਕਰੀ ਰੱਖਦਾ ਹੈ ਜਿਸ ਨਾਲ ਨੀਂਦ ਨਹੀਂ ਆਉਂਦੀ ਅਤੇ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ ਨੰਬਰ 5 ਤੰਬਾਕੂ ਦੀ ਵਰਤੋਂ ਨਾਲ ਪੇਟ ਖਰਾਬ ਰਹਿਣ ਲੱਗ ਜਾਂਦਾ ਹੈ ਨੰਬਰ 6 ਤੰਬਾਕੂ ਦੀ ਵਰਤੋਂ ਨਾਲ ਖੰਘ ਲੱਗ ਜਾਂਦੀ ਹੈ ਇਸ ਨਾਲ ਫੇਫੜਿਆਂ ਦੀ ਟੀਵੀ ਹੋਣ ਦਾ ਖਤਰਾ ਵੱਜ ਜਾਂਦਾ ਹੈ ਨੰਬਰ 7 ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਜਦਾ ਹੈ ਖਾਸ ਕਰਕੇ ਛਾਤੀ ਦਾ ਕੈਂਸਰ ਅਤੇ ਗਲੇ ਦਾ ਕੈਂਸਰ ਦਾ ਡਰ ਵੀ ਰਹਿੰਦਾ ਹੈ। ਸੋ ਅਗਲਾ ਪ੍ਰਸ਼ਨ ਨੰਬਰ 22 ਸਿਹਤ ਨੂੰ ਨਿਰੋਗ ਰੱਖਣ ਲਈ ਚੰਗੀਆਂ ਆਦਤਾਂ ਬਾਰੇ ਲਿਖੋ ਉੱਤਰ ਨੰਬਰ 1 ਹਮੇਸ਼ਾ ਸਾਫ਼ ਸੁਥਰਾ ਤੇ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ ਨੰਬਰ 2 ਸਰੀਰ ਦੇ ਅੰਦਰੂਨੀ ਅੰਗ ਜਿਵੇਂ ਦਿਲ ਫੇਫੜੇ ਆਦਤ ਅਤੇ ਬਾਹਰੀ ਅੰਗ ਹੱਥ ਪੈਰ ਆਦਤ ਦੇ ਬਾਰੇ ਜਾਣਕਾਰੀ ਹਾਸਲ ਕਰਨੀ ਤੇ ਇਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਨੰਬਰ 3 ਆਪਣੀ ਉਮਰ ਅਨੁਸਾਰ ਨੀਂਦ ਪੂਰੀ ਲੈਣੀ ਚਾਹੀਦੀ ਹੈ ਨੰਬਰ 4 ਸਮੇਂ-ਸਮੇਂ ਤੇ ਸਰੀਰ ਦੀ ਡਾਕਰੀ ਡਾਕਟਰੀ ਪ੍ਰੀਖਿਆ ਕਰਵਾਉਣੀ ਚਾਹੀਦੀ ਹੈ ਨੰਬਰ 5 ਸਰੀਰ ਦੀ ਲੋਡ ਅਤੇ ਉਮਰ ਅਨੁਸਾਰ ਸੈਰ ਜਾਂ ਕਸਰਤ ਕਰਨੀ ਚਾਹੀਦੀ ਹੈ ਨੰਬਰ 6 ਹਮੇਸ਼ਾ ਨੱਕ ਰਾਹੀਂ ਸਾਹ ਲੈਣਾ ਚਾਹੀਦਾ ਹੈ ਨੰਬਰ 4 ਖੁੱਲੀਆਂ ਥਾਵਾਂ ਵਿੱਚ ਰਹਿਣਾ ਚਾਹੀਦਾ ਹੈ ਖੁੱਲੀ ਹਵਾ ਵਿੱਚ ਰਹਿਣਾ ਚਾਹੀਦਾ ਹੈ ਨੰਬਰ 8 ਰੁੱਤ ਅਤੇ ਮੌਸਮ ਦੇ ਅਨੁਸਾਰ ਕੱਪੜੇ ਪਹਿਨਣੇ ਚਾਹੀਦੇ ਹਨ ਨੰਬਰ 9 ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਨੰਬਰ 10 ਹਮੇਸ਼ਾ ਠੀਕ ਤਰੀਕੇ ਨਾਲ ਖੜਾ ਹੋਣਾ ਬੈਠਣਾ ਤੇ ਚੱਲਣਾ ਚਾਹੀਦਾ ਹੈ ਨੰਬਰ 11 ਘਰ ਦੇ ਕੱਪੜਿਆਂ ਦੀ ਸਫਾਈ ਰੱਖਣੀ ਚਾਹੀਦੀ ਹੈ। ਸੋ ਅੱਗੇ ਆਖਰੀ ਪ੍ਰਸ਼ਨ ਨੰਬਰ 23 ਕੌਮੀ ਗਾਣ ਦੀ ਧੁਣੀ ਕਿਹੜੇ-ਕਿਹੜੇ ਮੌਕਿਆਂ ਤੇ ਵਜਾਈ ਜਾਂਦੀ ਹੈ? ਉੱਤਰ ਕੌਮੀ ਗਾਣ ਦੀ ਧੁਣੀ ਹੇਠ ਲਿਖੇ ਮੌਕਿਆਂ ਤੇ ਵਜਾਈ ਜਾਂਦੀ ਹੈ। ਨੰਬਰ 1 15 ਅਗਸਤ ਨੂੰ ਝੰਡਾ ਲਹਿਰਾਉਂਦੇ ਸਮੇਂ, ਨੰਬਰ 2 26 ਜਨਵਰੀ ਨੂੰ ਝੰਡਾ ਲਹਿਰਾਉਂਦੇ ਸਮੇਂ, ਨੰਬਰ 3 ਰਾਸ਼ਟਰਪਤੀ ਅਤੇ ਰਾਜਪਾਲ ਨੂੰ ਸਲਾਮੀ ਦੇਣ ਸਮੇਂ, ਨੰਬਰ 4 ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਭਾਰਤੀ ਜੇਤੂ ਖਿਡਾਰੀ ਨੂੰ ਇਨਾਮ ਦੇਣ ਸਮੇਂ ਨੰਬਰ 5 ਜਦੋਂ ਕੋਈ ਵੱਡਾ ਕੌਮੀ ਕਟ ਹੋਵੇ ਉਸ ਦੀ ਸਮਾਪਤੀ ਸਮੇਂ ਸੋ ਬੱਚਿਓ ਏ ਸੀ ਛੇਵੀਂ ਜਮਾਤ ਦਾ ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ ਜਾਂ ਸਿਹਤ ਅਤੇ ਸਰੀਰਿਕ ਸਿੱਖਿਆ ਦਾ ਪੇਪਰ ਜੋ ਕਿ ਤੁਹਾਡੀ ਸਹੂਲਤ ਦੇ ਲਈ ਪੂਰੀ ਤਰ੍ਹਾਂ ਸੋਲਵ ਕਰਕੇ ਲੈ ਕੇ ਆਏ ਹਾਂ ਠੀਕ ਹੈ ਜੀ ਸੋ ਦੋਸਤੋ ਇੱਥੇ ਜਾਣਕਾਰੀ ਦਿੰਦੇ ਹਾਂ ਇਹ ਪੇਪਰ ਜੇਕਰ ਤੁਸੀਂ ਆਰਾਮ ਨਾਲ ਬੈਠ ਕੇ ਪੜ੍ਹਨਾ ਚਾਹੁੰਦੇ ਹੋ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਹਦਾ ਲਿੰਕ ਦਿੱਤਾ ਹੈ ਲਿੰਕ ਤੇ ਕਲਿੱਕ ਕਰੋਗੇ ਸਾਰੇ ਦਾ ਸਾਰਾ ਪੇਪਰ ਡਾਊਨਲੋਡ ਹੋ ਜਾਏਗਾ ਤੁਹਾਡੇ ਸਾਹਮਣੇ ਖੁੱਲ ਜਾਏਗਾ ਤੁਸੀਂ ਆਰਾਮ ਨਾਲ ਬੈਠ ਕੇ ਪੜ ਸਕਦੇ ਹੋ ਤੁਹਾਨੂੰ ਬਾਰ ਬਾਰ ਸਕਰੀਨ ਸ਼ਾਟ ਲੈਣ ਦੀ ਵੀ ਜ਼ਰੂਰਤ ਨਹੀਂ ਪਏਗੀ ਠੀਕ ਹੈ ਜੀ ਸੋ ਦੋਸਤੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵਾਂ ਪੇਪਰ ਲੈ ਕੇ ਤਦ ਤੱਕ ਲਈ ਧੰਨਵਾਦ